ਬੀਤੇ ਦਿਨੀ ਆਗਰਾ ਚ ਪੈਰਾਸ਼ੂਟ ਨਾ ਖੁੱਲਣ ਨਾਲ 8000 ਫੁੱਟ ਦੀ ਉਚਾਈ ਤੋਂ ਛਾਲ ਮਾਰਨ ਵਾਲੇ ਜਵਾਨ ਹਰਦੀਪ ਸਿੰਘ ਦੀ ਮੌਤ ਹੋ ਗਈ ਤੇ ਸ਼ਨੀਵਾਰ ਨੂੰ ਜਦੋਂ ਉਹਨਾਂ ਦੀ ਮ੍ਰਿਤਕ ਦੇਹ ਨੂੰ ਉਹਨਾਂ ਦੇ ਪਿੰਡ ਲਿਆਂਦਾ ਗਿਆ ਤਾਂ ਤੁਸੀਂ ਖੁਦ ਹੀ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਸੀ। ਪਰਿਵਾਰ ਦਾ ਹਰ ਇੱਕ ਜੀ ਆਪਣੇ ਪੁੱਤਰ ਨੂੰ ਆਖਰੀ ਵਾਰ ਦੇਖ ਲੈਣਾ ਚਾਹੁੰਦਾ ਸੀ। ਇਸ ਦੌਰਾਨ ਪਟਿਆਲਾ ਤੋਂ ਸਾਂਸਦ ਧਰਮਵੀਰ ਗਾਂਧੀ ਵੀ ਉੱਥੇ ਪਹੁੰਚੇ ਤੇ ਪਰਿਵਾਰ ਵਾਲਿਆਂ ਨਾਲ ਹਮਦਰਦੀ ਜਤਾਈ। ਉੱਥੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਹਰਦੀਪ ਆਪਣੇ ਮਾਪਿਆਂ ਦਾ ਇਕਲੌਤਾ ਸਹਾਰਾ ਸੀ, ਪਰ ਇਸ ਹਾਦਸੇ ਨੇ ਉਸਦੇ ਬਜ਼ੁਰਗ ਮਾਪਿਆਂ ਦਾ ਆਖਰੀ ਸਹਾਰਾ ਵੀ ਉਹਨਾਂ ਤੋਂ ਖੋਹ ਲਿਆ। ਭਾਣਾ ਇਸ ਤਰ੍ਹਾਂ ਹੈ ਵੀ ਇਹ ਮੁੰਡਾ 11 ਪੈਰਾ ਕਮਾਂਡੋ ਦੇ ਵਿੱਚ ਆਰਮੀ ਦੇ ਵਿੱਚ ਸਰਵਿਸ ਕਰਦਾ ਸੀਗਾ। ਇਹ ਟ੍ਰੇਨਿੰਗ ਦੇ ਤੌਰ 'ਤੇ ਮੀਸਾਮਾਰੀ ਅਸਾਮ ਤੋਂ ਆਗਰੇ ਆਇਆ ਸੀਗਾ, ਜੋ ਕਿ ਸਾਲ ਦੇ ਵਿੱਚ ਇੱਕ ਵਾਰੀ ਆਉਂਦੇ ਨੇ। ਟ੍ਰੇਨਿੰਗ ਦੇ ਤੌਰ 'ਤੇ ਜੰਪ ਕਰਦੇ ਨੇ, 14 ਜਾਂ 15 ਜੰਪ ਪਹਿਲਾਂ ਕਰ ਚੁੱਕਿਆ ਸੀਗਾ। ਇਹਨੇ ਜਦੋਂ ਜਹਾਜ਼ 'ਤੇ ਉਡਾਣ ਭਰੀ, ਛਾਲ ਮਾਰੀ ਤਾਂ ਇਹਦਾ ਪੈਰਾਸ਼ੂਟ ਨਹੀਂ ਖੁੱਲਿਆ। ਕਿਉਂ ਨਹੀਂ ਖੁੱਲਿਆ? ਕਿਸੇ ਕਾਰਨਾਂ ਕਰਕੇ ਅਤੇ 12 ਤੋਂ 13 ਹਜ਼ਾਰ ਫੁੱਟ ਦੀ ਹਾਈਟ ਤੋਂ ਸਿੱਧਾ ਅਚਾਨਕ ਥੱਲੇ ਆ ਡਿੱਗਿਆ। ਥੱਲੇ ਡਿੱਗਣ ਸਾਰੇ ਦੀ ਮੌਤ ਹੋ ਗਈ। ਉਹਦੇ ਸਿਰ 'ਤੇ ਘਰ ਚੱਲਦਾ ਸੀਗਾ, ਪ੍ਰਸ਼ਾਸਨ ਤੋਂ ਇਹ ਵੀ ਜੋ ਇਹਦੀ ਮਦਦ ਕਰ ਸਕਦੇ ਨੇ ਉਹ ਕਰ। ਇਹੀ ਕਹਿਣਾ ਚਾਹੁੰਦਾ, ਇਹ ਬਹੁਤ ਹੀ ਨੇਕ ਇਨਸਾਨ ਸੀ, ਬਹੁਤ ਹੀ ਪਿਆਰਾ ਬੱਚਾ ਸੀ। ਯਾਨੀ ਕਿ ਇੰਨਾ ਘਾਟਾ ਪਿੰਡ ਨੂੰ ਬਹੁਤ ਜ਼ਿਆਦਾ ਘਾਟਾ ਪਿਆ, ਹਰੇਕ ਦਾ ਮਾਣ ਸਤਿਕਾਰ ਕਰਦਾ ਸੀ, ਪੂਰਾ ਲਾਇਕ ਬੱਚਾ ਸੀ ਜੀ। ਮੰਗ ਤਾਂ ਇਹੀ ਹੈ ਜੀ, ਜੋ ਉਹਦੇ ਇਨਕਰੇਡ ਬਣਦੇ ਆ ਬੱਚੇ ਦੇ, ਉਹ ਉਹਦੇ ਮਾਂ ਪਿਓ ਨੂੰ ਮਿਲਣ। ਬਾਕੀ ਉਹਦੀ ਯਾਦਾਸ਼ਤ ਵਾਸਤੇ, ਨਗਰ ਵਾਸਤੇ ਜਾਂ ਉਹਦੇ ਮਾਂ ਪਿਓ ਨੂੰ ਤਰਾਸੇ ਵਾਸਤੇ ਜੋ ਵੀ ਉਹਦੇ ਯਾਦਾਸ਼ਤ ਵਾਸਤੇ ਕੁਝ ਬਣ ਸਕਦਾ ਹੈ, ਕੋਈ ਡਿਸਪੈਂਸਰੀ ਜਾਂ ਕੋਈ ਕੁਛ ਵੀ, ਜਾਂ ਪਰਿਵਾਰ ਨੂੰ ਜਿੰਨੀ ਵੀ ਸਹਾਇਤਾ ਹੋ ਸਕਦੀ ਹੈ, ਉਹ ਸਰਕਾਰ ਨੂੰ ਬੇਨਤੀ ਹੈ ਵੀ ਉਹ ਵੱਧ ਤੋਂ ਵੱਧ ਸਹਾਇਤਾ ਕਰੇ ਸਰਕਾਰ। ਇਸ ਸੰਬੰਧੀ ਜਦੋਂ ਫੌਜ ਦੇ ਅਧਿਕਾਰੀ ਲੈਫਟੀਨੈਂਟ ਵਿਕਾਸ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਸ ਹਾਦਸੇ ਦੀ ਜਾਂਚ ਕੀਤੀ ਜਾਵੇਗੀ। ਜੋ ਪੈਰਾਟ੍ਰੂਪਰ ਹਰਦੀਪ ਸਿੰਘ ਹੈ, ਉਹ ਵਹਾਂ ਪਰ ਆਪਣੇ ਕੋਰਸ ਲਿਆ ਕੇ ਉਨਕਾ 14 ਜਨ ਥਾ ਰੀਫਾਲ ਕੋਰਸ ਕਰ ਰਹੇ ਥੇ। ਅਬ ਹਾਦਸਾ ਐਸੇ ਹੁਆ ਥਾ ਕਿ ਇਸਮੇਂ ਦੋ ਪੈਰਾਸ਼ੂਟ ਹੋਤੇ ਹੈਂ, ਮੇਨ ਪੈਰਾਸ਼ੂਟ ਔਰ ਰਿਜ਼ਰਵ ਪੈਰਾਸ਼ੂਟ। ਉਨਕੇ ਜੋ ਮੇਨ ਪੈਰਾਸ਼ੂਟ ਹੋਤਾ ਹੈ, ਕਈ ਵਾਰ ਨਹੀਂ, ਕਾਫੀ ਕਮ ਐਸਾ ਹੋਤਾ ਹੈ ਕਿ ਉਸਮੇਂ ਹਵਾ ਨਹੀਂ ਭਰ ਪਾਤੀ ਹੈ, ਕੈਂਡਲਿੰਗ ਕਹਤੇ ਹੈਂ ਸਰ। ਤੋ ਉਨਕੇ ਮੇਨ ਪੈਰਾਸ਼ੂਟ ਮੇਂ ਹਵਾ ਨਹੀਂ ਭਰ ਪਾਈ ਥੀ, ਜਿਸਕੀ ਵਜ੍ਹਾ ਸੇ ਉਨ੍ਹੋਂਨੇ ਉਸਕੋ ਰਿਮੂਵ ਕੀਆ, ਕੱਟ ਆਫ ਕੀਆ। ਉਸਕੇ ਬਾਅਦ ਰਿਜ਼ਰਵ ਪੈਰਾਸ਼ੂਟ ਜਬ ਆਪਰੇਟ ਕਰ ਰਹੇ ਥੇ ਤੋ ਉਸਕੇ ਜੋ ਧਾਗੇ ਥੇ ਉਨਕੇ ਹੱਥ ਮੇਂ ਫਸ ਗਏ, ਜਿਸਕੀ ਵਜ੍ਹਾ ਸੇ ਉਹ ਵੀ ਨਹੀਂ ਖੁੱਲਾ। ਇਹ ਤਕਨੀਕੀ ਕਿਸੇ ਦੇ ਕਾਰਨ ਨਹੀਂ ਹੈ, ਪਰ ਜੋ ਵੀ ਫੌਜ ਕੀ ਕਾਰਵਾਈ ਹੈ ਉਹ ਕਰੇਗੀ। ਤੁਹਾਨੂੰ ਦੱਸ ਦਈਏ ਕਿ 28 ਸਾਲ ਦੇ ਹਰਦੀਪ ਸਾਲ 2012 ਚ ਫੌਜ ਚ ਭਰਤੀ ਹੋਏ ਸਨ। ਇਨੀ ਦਿਨੀ ਉਹ ਆਸਾਮ ਚ 11 ਪੈਰਾ ਕਮਾਂਡੋ ਚ ਤੈਨਾਤ ਸਨ। ਟ੍ਰੇਨਿੰਗ ਦੌਰਾਨ ਜਦੋਂ ਹਰਦੀਪ ਨੇ ਛਾਲ ਮਾਰੀ ਤਾਂ ਮੇਨ ਪੈਰਾਸ਼ੂਟ ਖੋਲਣ ਦੀ ਕੋਸ਼ਿਸ਼ ਕੀਤੀ, ਪਰ ਹਵਾ ਦਾ ਦਬਾਅ ਜ਼ਿਆਦਾ ਹੋਣ ਕਰਕੇ ਉਹਨਾਂ ਦਾ ਸੰਤੁਲਨ ਵਿਗੜ ਗਿਆ ਤੇ ਪੈਰਾਸ਼ੂਟ ਨਹੀਂ ਖੁੱਲਿਆ। ਇਸ ਤੋਂ ਬਾਅਦ ਉਹਨਾਂ ਨੇ ਰਿਜ਼ਰਵ ਪੈਰਾਸ਼ੂਟ ਖੋਲਿਆ ਤੇ ਉਹ ਹੱਥ ਚ ਫਸ ਗਿਆ। ਕਈ ਕੋਸ਼ਿਸ਼ਾਂ ਕੀਤੀਆਂ ਪਰ ਉਹ ਸਿਰ ਦੇ ਬਲ ਆਲੂਆਂ ਦੇ ਖੇਤ 'ਚ ਡਿੱਗ ਗਏ ਤੇ ਉਹਨਾਂ ਦੀ ਮੌਤ ਹੋ ਗਈ। ਪਰ ਜੋ ਵੀ ਹੋਇਆ ਬਹੁਤ ਹੀ ਮਾੜਾ ਹੋਇਆ। ਇਸ ਹਾਦਸੇ ਨੇ ਜਿੱਥੇ ਪਰਿਵਾਰ ਤੋਂ ਉਹਨਾਂ ਨੇ ਆਖਰੀ ਉਮੀਦ ਤੇ ਸਹਾਰਾ ਖੋਲਿਆ,
ਉੱਥੇ ਹੀ ਪੁੱਤਰ ਮਾਪਿਆਂ ਨੂੰ ਜ਼ਿੰਦਗੀ ਭਰ ਦਾ ਅਜਿਹਾ ਸਦਮਾ ਦੇ ਕੇ ਚਲਾ ਗਿਆ ਜਿਸ ਤੋਂ ਸ਼ਾਇਦ ਹੀ ਉਹ ਹੁਣ ਉਭਰ ਪਾਉਣ। ਪਟਿਆਲਾ ਤੋਂ ਰਾਓ ਵਰਿੰਦਰ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। Hey, you are watching Worldwide Superhit Punjabi Music Satellite TV channel, Balle Balle.